ਜਲੰਧਰ ਪੱਛਮੀ ਲਓ ਜੀ, ਉਮੀਦਵਾਰਾਂ ਦੀ ਆਮਦ ਸ਼ੁਰੂ ਹੋ ਗਈ ਆ। ਵੈਸੇ ਤਾਂ ਨਾਮਜ਼ਦਗੀ ਦੀਆਂ ਤਰੀਕਾਂ ਚੱਲ ਰਹੀਆਂ, 21 ਜੂਨ ਤੱਕ ਨਾਮਜ਼ਦਗੀਆਂ ਭਰਨੀਆਂ ਸਭ ਨੇ, ਪਰ ਅਜੇ ਤਾਂ ਬਹੁ ਗਿਣਤੀ ਪਾਰਟੀਆਂ ਨੇ ਆਪਣੇ ਉਮੀਦਵਾਰ ਵੀ ਨਹੀਂ ਐਲਾਨੇ। ਪਰ ਹੁਣ ਕਵਾਇਦਦਰ ਕਵਾਇਦ, ਲੜੀਦਰ ਲੜੀ, ਉਮੀਦਵਾਰਾਂ ਦੀ ਆਮਦ ਸ਼ੁਰੂ ਹੋ ਗਈ। ਲੰਘੇ ਦਿਨੀ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਨੇ ਆਪਣਾ ਉਮੀਦਵਾਰ ਐਲਾਨਿਆ ਸੀ, ਹੁਣ ਆਮ ਆਦਮੀ ਪਾਰਟੀ ਨੇ ਆਪਣਾ ਉਮੀਦਵਾਰ ਐਲਾਨਤਾ ਅਤੇ ਭਾਰਤੀ ਜਨਤਾ ਪਾਰਟੀ ਨੇ ਵੀ ਆਪਣਾ ਉਮੀਦਵਾਰ ਐਲਾਨਤਾ। ਹੁਣ ਸਭ ਦੀਆਂ ਨਜ਼ਰਾਂ ਕਾਂਗਰਸ ਦੇ ਔਰ ਅਕਾਲੀ ਦਲ ਦੇ ਉਮੀਦਵਾਰ 'ਤੇ ਨੇ। ਅਕਾਲੀ ਦਲ ਲਈ ਮੁਸ਼ਕਲ ਦੀ ਘੜੀ ਇਹ ਵੀ ਆ ਕਿ ਉਹ ਇਹ ਚੋਣ ਲੜਨਾ ਵੀ ਚਾਹੁੰਦੀ ਹੈ ਜਾਂ ਨਹੀਂ। ਵੈਸੇ ਤਾਂ ਚੋਣਾਂ 'ਚ ਹੁਣ ਕੋਈ ਜਾਣਾ ਹੀ ਨਹੀਂ ਚਾਹੁੰਦਾ ਆ ਜਿਮਨੀ ਚੋਣਾਂ ਦੇ ਮਾਮਲੇ 'ਚ, ਪਰ ਛੱਡਣਾ ਵੀ ਕੋਈ ਨਹੀਂ ਚਾਹੁੰਦਾ। ਅਤੇ ਜਦੋਂ ਚੋਣ ਪੇਟ ਭਖੂਗਾ ਤਾਂ ਫਿਰ ਜਿੱਤਣਾ ਵੀ, ਜਿੱਤਣ ਲਈ ਵੀ ਜੱਦੋ ਜਹਿਦ ਹੋਣੀ ਆ। ਪਰ ਅਕਾਲੀ ਦਲ ਲਈ ਥੋੜ੍ਹੀ ਜਿਹੀ ਮੁਸ਼ਕਲ ਘੜੀ ਇਹ ਆ ਕਿ ਇਸ ਸੀਟ ਤੋਂ ਅਕਾਲੀ ਭਾਜਪਾ ਗੱਠਜੋੜ ਦੇ ਦੌਰਾਨ ਭਾਜਪਾ ਲੜਦੀ ਰਹੀ ਆ, ਅਤੇ ਪਿਛਲੀਆਂ ਚੋਣਾਂ ਦੇ ਦੌਰਾਨ ਤੱਕ ਜੇਕਰ ਤੁਸੀਂ ਨਜ਼ਰ ਮਾਰੋ ਜਲੰਧਰ ਪੱਛਮੀ ਦੇ ਹਵਾਲੇ ਨਾਲ, ਤਾਂ ਇਹ ਚੋਣ ਦੇ ਜਦੋਂ ਅਕਾਲੀ ਦਲ ਭਾਜਪਾ ਤੋਂ ਅੱਡ ਹੋ ਕੇ ਵਿਧਾਨ ਸਭਾ ਚੋਣਾਂ ਲੜਿਆ ਤਾਂ ਇਹ ਬਹੁਜਨ ਸਮਾਜ ਪਾਰਟੀ ਦੇ ਹਿੱਸੇ ਸੀ। ਸੋ ਇਸ ਲਈ ਹੁਣ ਅਕਾਲੀ ਦਲ ਉਹ ਤੋਂ ਵੀ ਅੱਡ ਹੈ, ਅਤੇ ਹੁਣ ਅਕਾਲੀ ਦਲ ਇੱਥੋਂ ਉਮੀਦਵਾਰ ਉਤਾਰੇਗਾ ਜਾਂ ਨਹੀਂ ਇਹ ਵੱਖਰੀ ਗੱਲ ਹੈ। ਪਰ ਆਮ ਆਦਮੀ ਪਾਰਟੀ ਅਤੇ ਭਾਜਪਾ ਨੇ ਉਮੀਦਵਾਰ ਉਲਾਨੇ ਅਤੇ ਕਮਾਲ ਦੇ ਐਲਾਨੇ ਬਾਈ, ਆਪ ਵਾਲਾ ਉਮੀਦਵਾਰ ਭਾਜਪਾ ਕੰਨੀ ਉਮੀਦਵਾਰ ਆ, ਭਾਜਪਾ ਕੰਨੀ ਉਮੀਦਵਾਰ ਆਪ ਕੰਨੀ ਉਮੀਦਵਾਰ ਆ। ਮਤਲਬ ਜਦੋਂ ਲੋਕ ਸਭਾ ਚੋਣਾਂ ਸੀ ਤਦ ਵੀ ਚੇਤੇ 'ਚ ਰੱਖਣਾ ਪੈਂਦਾ ਸੀ ਕਿ ਕਿਹੜਾ ਕਿਹੜੀ ਪਾਰਟੀ ਕੰਨੀ ਆ, ਕਿਹੜਾ ਕਿੱਥੋਂ। ਜਲੰਧਰ ਤੋਂ ਆਗਾਜ਼ ਕਰਕੇ ਸੁਸ਼ੀਲ ਰਿੰਕੂ ਜਿਮਨੀ ਚੋਣ ਦੇ ਸਮੇਂ, ਮਤਲਬ ਆਮ ਲੋਕ ਸਭਾ ਚੋਣਾਂ ਜਦੋਂ ਹੁਣ ਹੋਈਆਂ ਉਹਦੇ ਸਮੇਂ ਭਾਜਪਾ ਦਾ ਉਮੀਦਵਾਰ ਸੀ, ਉਹ ਤੋਂ ਪਹਿਲਾਂ ਜਿਮਨੀ ਚੋਣਾਂ 'ਚ ਆਪ ਦਾ ਉਮੀਦਵਾਰ ਸੀ, ਪਿਛਲੀਆਂ ਵਿਧਾਨ ਸਭਾ ਚੋਣਾਂ 'ਚ ਕਾਂਗਰਸ ਦਾ ਉਮੀਦਵਾਰ ਸੀ ਮਹਿੰਦਰ ਸਿੰਘ KP, ਇਸ ਵਾਰ ਆਮ ਚੋਣਾਂ ਦੇ ਵਿੱਚ ਅਕਾਲੀ ਦਲ ਦਾ ਉਮੀਦਵਾਰ ਸੀ ਪਰ ਉਹ ਲੀਡਰ ਪੁਰਾਣਾ ਕਾਂਗਰਸੀ ਆ, ਪਵਨ ਕੁਮਾਰ ਟੀਨੂ, ਇਸ ਜਿਮਨੀ 'ਚ ਆਮ ਚੋਣਾਂ ਦੇ ਵਿੱਚ ਇਸ ਵਾਰ ਆਮ ਆਦਮੀ ਪਾਰਟੀ ਦਾ ਉਮੀਦਵਾਰ ਸੀ ਪਰ ਉਹ ਤੋਂ ਪਹਿਲਾਂ ਉਹ ਅਕਾਲੀ ਉਮੀਦਵਾਰ ਆ। ਲੋਕਾਂ ਨੂੰ ਯਾਦ ਰੱਖਣਾ ਹੈ ਉੱਪਰ ਥੱਲੇ। ਅਤੇ ਪਰ ਆ ਹੁਣ ਜਦੋਂ ਜਲੰਧਰ ਪੱਛਮੀ ਵਾਲੀ ਜਿਮਨੀ ਚੋਣ ਆਈ ਤਾਂ ਭਾਰਤੀ ਜਨਤਾ ਪਾਰਟੀ ਨੇ ਸ਼ੀਤਲ ਉਗਰਾਲ ਨੂੰ ਟਿਕਟ ਦਿੱਤੀ ਆ, ਅਤੇ ਆਮ ਆਦਮੀ ਪਾਰਟੀ ਨੇ ਮਹਿੰਦਰ ਭਗਤ ਹੋਰਾਂ ਨੂੰ ਟਿਕਟ ਦਿੱਤੀ ਆ, ਭਗਤ ਚੁੰਨੀ ਲਾਲ ਹੋਰਾਂ ਦੇ ਮੁੰਡੇ ਨੂੰ। ਹੁਣ ਇਹੀ ਉਮੀਦਵਾਰ ਦੋਨੇ ਪਿਛਲੀਆਂ ਵਿਧਾਨ ਸਭਾ ਚੋਣਾਂ ਜਦੋਂ ਹੋਈਆਂ 2022 ਦੀਆਂ, ਉਸ ਸਮੇਂ ਵੀ ਆਹਮੋ ਸਾਹਮਣੇ ਸੀ। ਉਸ ਸਮੇਂ ਮਹਿੰਦਰ ਭਗਤ ਵੀ ਜਲੰਧਰ ਪੱਛਮੀ ਤੋਂ ਉਮੀਦਵਾਰ ਸੀ, ਉਸ ਸਮੇਂ ਸ਼ੀਤਲ ਉਗਰਾਲ ਵੀ ਜਲੰਧਰ ਪੱਛਮੀ ਤੋਂ ਉਮੀਦਵਾਰ ਸੀ, ਸੁਸ਼ੀਲ ਰਿੰਕੂ ਵੀ ਜਲੰਧਰ ਪੱਛਮੀ ਤੋਂ ਉਮੀਦਵਾਰ ਸੀ। ਪਰ ਹੁਣ ਸੁਸ਼ੀਲ ਰਿੰਕੂ ਤਾਜ਼ੀ MP ਦੀ ਚੋਣ ਲੜ ਕੇ ਹਟੇ ਨੇ, ਭਾਜਪਾ ਵਾਲੇ ਪਾਸਿਓ ਚੋਣ ਨਹੀਂ ਜਿੱਤ ਸਕੇ, ਇਸ ਲਈ ਭਾਜਪਾ ਨੇ ਇਸ ਵਾਰ ਸ਼ੀਤਲ ਉਗਰਾਲ ਨੂੰ ਟਿਕਟ ਦਿੱਤੀ ਆ। ਇਹ ਸ਼ੀਤਲ ਉਗਰਾਲ 2022 ਦੀਆਂ ਵਿਧਾਨ ਸਭਾ ਚੋਣਾਂ ਸਮੇਂ ਭਾਜਪਾ 'ਚੋਂ ਆਪ ਕੰਨੀ ਆ ਕੇ ਆਪ ਦੇ ਉਮੀਦਵਾਰ ਸੀ। ਉਸ ਸਮੇਂ ਭਗਤ ਚੁੰਨੀ ਲਾਲ ਹੋਰਾਂ ਦਾ ਮੁੰਡਾ ਮਹਿੰਦਰ ਭਗਤ ਭਾਜਪਾ ਦਾ ਉਮੀਦਵਾਰ ਸੀ, ਅਤੇ ਫਿਰ ਜਦੋਂ ਲੋਕ ਸਭਾ ਚੋਣਾਂ ਹੋਈਆਂ ਤਦ ਮਹਿੰਦਰ ਭਗਤ ਨੂੰ ਟਿਕਟ ਨਹੀਂ ਮਿਲੀ ਭਾਜਪਾ ਦੀ, ਹੈ ਨਾ, ਜਿਮਨੀ ਚੋਣ ਦੇ ਸਮੇਂ ਵੀ। ਸੋ ਇਸ ਲਈ ਹੁਣ ਤਾਂ ਚਲੋ ਮਿਲਣੀ ਹੋ ਗਈ ਸੀ। ਸੋ ਮਹਿੰਦਰ ਭਗਤ ਹੋਰੀ, ਹੈਂ, ਚੁੰਨੀ ਲਾਲ ਭਗਤ ਹੋਰੀ, ਉਹ ਚਲੇ ਗਏ ਜੀ ਆਪ 'ਚ। ਅਤੇ ਇੱਧਰ ਸੁਸ਼ੀਲ ਰਿੰਕੂ ਹੋਰੀ ਆਮ ਆਦਮੀ ਪਾਰਟੀ ਦੇ MLA ਅਤੇ ਫਿਰ ਵਾਪਸ ਚਲੇ ਗਏ ਭਾਜਪਾ 'ਚ। ਅਸਤੀਫੇ ਵਾਲੀ ਖੇਡ ਵੀ ਤੁਹਾਨੂੰ ਸਾਰਿਆਂ ਨੂੰ ਪਤਾ ਕਿ ਵੋਟਾਂ ਤੋਂ ਪਹਿਲਾਂ ਅਸਤੀਫਾ ਵਾਪਸ ਲੈਣ ਦੀ ਕੋਸ਼ਿਸ਼ ਵੀ ਕੀਤੀ ਪਰ ਕਹਿੰਦੇ ਜੀ ਅਸਤੀਫਾ ਪ੍ਰਵਾਨ ਹੈ, ਅਦਾਲਤ ਦੀਆਂ ਗੱਲਾਂ ਵੀ ਕੀਤੀਆਂ, ਜੱਦੋ ਜਹਿਦ ਵੀ ਹੋਈ, ਪਰ ਇਹ ਸਭ ਦੇ ਦਰਮਿਆਨ ਜਿਮਨੀ ਚੋਣ ਆ ਗਈ ਅਤੇ ਭਾਜਪਾ ਨੇ ਮੌਜੂਦਾ MLA ਜਿਹੜੇ ਆਮ ਆਦਮੀ ਪਾਰਟੀ ਦੀ ਟਿਕਟ 'ਤੇ ਬਣੇ ਸੀ ਹੁਣ ਭਾਜਪਾ ਦੀ ਟਿਕਟ 'ਤੇ ਚੋਣ ਲੜ ਰਹੇ ਨੇ, ਉਹਨਾਂ 'ਤੇ ਭਰੋਸਾ ਜਿਤਾਇਆ ਅਤੇ ਸ਼ੀਤਲ ਉਗਰਾਲ ਨੂੰ ਟਿਕਟ ਦਿੱਤੀ। ਅਤੇ ਆਮ ਆਦਮੀ ਪਾਰਟੀ ਕਹਿੰਦੀ ਠੀਕ ਹੈ, ਪਿਛਲੀ ਵਾਰ ਤੁਸੀਂ ਮਹਿੰਦਰ ਭਗਤ ਨੂੰ ਭਾਜਪਾ ਨੇ ਲੜਾਇਆ ਸੀ, ਇੱਕ ਦੀ ਅਸਤੀ ਉਹਦੇ ਨੇ,
ਸੋ ਉਮੀਦਵਾਰ ਉਹੀ ਨੇ ਪਰ ਆਮੋ ਸਾਹਮਣੇ ਨੇ। ਕਿਆ ਸਿਆਸਤ ਹੈ ਜਨਾਬ, ਕਿਆ ਸਿਆਸਤ ਦਾ ਲੈਵਲ ਹੈ। 2017 'ਚ ਵੀ ਬੀਜੇਪੀ ਵੱਲੋਂ ਮਹਿੰਦਰ ਭਗਤ ਉਮੀਦਵਾਰ ਸੀ, 2022 ਦੇ ਵਿੱਚ ਵੀ ਮਹਿੰਦਰ ਭਗਤ ਬੀਜੇਪੀ ਵੱਲੋਂ ਉਮੀਦਵਾਰ ਸੀ, ਪਰ 2024 ਦੇ ਵਿੱਚ ਇਸ ਵਾਰ ਉਹ ਆਮ ਆਦਮੀ ਪਾਰਟੀ ਵੱਲੋਂ ਉਮੀਦਵਾਰ ਨੇ। ਜਦੋਂ ਕਿ ਸ਼ੀਤਲ ਨੁਗਰਾਲ ਆਮ ਆਦਮੀ ਪਾਰਟੀ ਵੱਲੋਂ ਉਮੀਦਵਾਰ ਸੀ, 2022 ਦੀਆਂ ਵਿਧਾਨ ਸਭਾ ਚੋਣਾਂ ਸਮੇਂ MLA ਬਣੇ, ਅਤੇ ਇਸ ਵਾਰ 2024 ਦੇ ਵਿੱਚ ਉਹ ਬੀਜੇਪੀ ਵੱਲੋਂ ਉਮੀਦਵਾਰ ਨੇ। ਚਲੋ ਹੁਣ ਇੱਕ ਵਾਰ ਤਾਂ ਚਰਚਾ ਇਹ ਵੀ ਚੱਲੀ ਸੀ ਕਿ ਸੁਸ਼ੀਲ ਰਿੰਕੂ ਹੋਰਾਂ ਨੂੰ ਟਿਕਟ ਮਿਲਣੀ ਹੈ। ਕਹਿੰਦੇ ਜੀ ਸੁਸ਼ੀਲ ਰਿੰਕੂ ਨਹੀਂ ਤਾਂ ਉਹਨਾਂ ਦੀ ਧਰਮ ਪਤਨੀ ਨੂੰ ਟਿਕਟ ਮਿਲ ਸਕਦੀ ਆ, ਪਰ ਕਹਿੰਦੇ ਸੁਸ਼ੀਲ ਰਿੰਕੂ ਤਾਂ ਪਿਛਲੀ ਵਾਰ ਆਮ ਆਦਮੀ ਪਾਰਟੀ ਵੀ ਇਸ ਲਈ ਛੱਡੀ ਸੀ ਕਿ ਫੰਡ ਦਿੰਦੇ ਨਹੀਂ ਜੀ, ਚੋਣਾਂ ਦਰ ਚੋਣਾਂ ਕਰਵਾਈ ਜਾਂਦੇ ਹੋ, ਮੈਂ ਪਹਿਲਾਂ MLA ਦੀ ਚੋਣ ਲੜ ਕੇ ਆਇਆ ਸੀ ਉਹ ਹਾਰ ਗਿਆ, ਚਲੋ ਜਿਵਨੀ ਚੋਣ ਲੜੀ ਮੈਂ ਜਿੱਤ ਗਿਆ, ਹੁਣ ਤੁਸੀਂ ਮੈਨੂੰ ਚੋਣ ਲੜਾਉਣੀ ਮੈਨੂੰ ਫੰਡ ਦਿਓ, ਨਹੀਂ ਤਾਂ ਮੈਂ ਭਾਜਪਾ ਕੇ ਨਹੀਂ ਜਾਂਦਾ। ਸੋ ਭਾਜਪਾ ਕੇ ਨੂੰ ਆ ਕੇ ਟਿਕਟ ਮਿਲ ਕੇ, ਕੀ ਇਸ ਵਾਰ ਧਰਮ ਪਤਨੀ ਨੇ ਇਸ ਲਈ ਚੋਣ ਨਹੀਂ ਲੜੀ ਕਿ ਸੁਸ਼ੀਲ ਰਿੰਕੂ ਲਗਾਤਾਰ 3-4 ਚੋਣਾਂ ਲੜ ਚੁੱਕੇ ਸੀ?